Z5 ऐप डाउनलोड करो ते देखो पूरे एपिसोड बिल्कुल फ्री। ਮੰਦ ਮੈਨੂੰ ਯਾਦ ਹੈ ਘੁੰਮਣ ਕਿੱਥੇ ਗਏ ਵਿਆਹ ਤੋਂ ਬਾਅਦ? ਘੁੰਮਣ ਦੀ ਫਸਟ ਟਾਈਮ ਜਦੋਂ ਮੈਂ ਇਹਨਾਂ ਕੋ ਆਈ ਸੀ ਉਦੋਂ ਤੇ ਅਲਫਾ ਬਾਂਡੀ ਲੈ ਕੇ ਗਏ ਸੀ। ਉਸ ਤੋਂ ਬਾਅਦ ਅਜ ਤੱਕ ਕਿਤੇ ਨਹੀਂ ਹੋੜੇ। ਉਦੋਂ ਘਰ ਦੀ ਫੈਮਿਲੀ ਸਾਰੀ ਗਈ ਸੀ ਨਾ? ਅੱਛਾ, ਅਲਫਾ ਬਾਂਡੀ ਵੀ ਤੁਸੀਂ ਸਾਰੇ ਲੈ ਕੇ ਗਏ? ਹਾਂਜੀ ਸਾਰੇ ਗਏ, ਪਰ ਇਹ ਨਾਲ ਗੁਰਤੇ ਨਹੀਂ ਗਿਆ। ਇਹ ਆ ਜਾ ਚੱਲੀਏ, ਪਰ ਇਹ ਪਤਾ ਨਹੀਂ ਕਿਉਂ ਨਹੀਂ ਗਏ। ਬਾਕੀ ਸਾਰੇ ਗਏ। ਬਾਜਾ ਨੇ ਤੁਹਾਨੂੰ ਕਿਤੇ ਨਹੀਂ ਘੁਮਾਇਆ? ਨਹੀਂ ਜੀ, ਉਸ ਤੋਂ ਬਾਅਦ ਸਿਰਫ ਦਰਬਾਰ ਸਾਹਿਬ ਜਾਈਦਾ ਹੈ। ਪਤਾ ਕੀ ਗੱਲ ਹੁੰਦੀ ਹੈ, ਵਿਆਹ ਤੋਂ ਪਹਿਲਾਂ ਹੀ ਥੋੜਾ ਬਹੁਤਾ ਹੁੰਦਾ ਵਾ ਕਿ ਅਸੀਂ ਘੁੰਮਣ ਜਾਵਾਂਗੇ ਕਿਤੇ ਨਾ ਕਿਤੇ, ਹਨਾ। ਪਰ ਜਦੋਂ ਵਿਆਹ ਹੋ ਜਾਂਦਾ ਫਿਰ ਕਹਿੰਦੇ ਕਿ ਬਈ ਚਲੋ ਕੋਈ ਨਾ, ਹੁਣ ਤਾਂ ਵਿਆਹ ਲੈਂਦੀ ਆ, ਅੱਜ ਟਾਈਮ ਕੱਢ ਲਾਂਗੇ, ਕੱਲ ਨੂੰ ਕੱਢ ਲਾਂਗੇ। ਹਾਂ, ਜਦੋਂ ਆਪਾਂ ਕਿਤੇ ਜਾਣਾ ਹੋਵੇ ਉਦੋਂ ਆਪਾਂ ਇੱਕ ਦੂਜੇ ਨੂੰ ਫੋਨ ਕਰ ਲੈਂਦੇ ਕਿ ਹਾਂਜੀ ਭਾਈ ਕਰ ਲਈਏ ਪਲਾਨ। ਬਹੁਤ ਜਲਦੀ ਬਣ ਜਾਂਦੇ ਆ ਇਹ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਜਦੋਂ ਇਹਨਾਂ ਨੇ ਕਿਤੇ ਜਾਣਾ ਹੁੰਦਾ ਵਾ ਉਦੋਂ ਬਸ ਪਤਾ ਹੀ ਮੈਨੂੰ ਉਦੋਂ ਲੱਗਣਾ ਜਦੋਂ ਰੈਡੀ ਹੋ ਗਿਆ। ਨਹੀਂ ਲੈ ਕੇ ਜਾਂਦੇ? ਨਹੀਂ ਜੀ, ਮੈਨੂੰ ਨਹੀਂ ਲੈ ਕੇ ਜਾਂਦੇ। ਨਹੀਂ, ਅਸਲ ਚ ਪਤਾ ਕੀ ਹੈ, ਕਾਫੀ ਜਗ੍ਹਾ ਤੇ ਘੁੰਮੇ ਅਸੀਂ, ਤਕਰੀਬਨ ਜਿਹੜਾ ਧਾਰਮਿਕ ਜਿੰਨੇ ਵੀ ਸਥਾਨ ਹੈ ਅਸੀਂ ਸਾਰੇ ਮਿਲ ਕੇ। ਅਮਨ ਨੂੰ ਮੈਂ ਬੜੇ ਓਨਲੀ ਧਾਰਮਿਕ ਸਥਾਨ ਹੀ ਦਿਖਾਏ। ਮੈਂ ਇਹਦੇ ਤੇ ਇੱਕ ਗੱਲ ਦੱਸਣਾ ਚਾਹਾਂਗਾ, ਮੈਂ ਭਾਜੀ ਹੁਣਾਂ ਨੇ ਦੱਸੀ ਸੀ ਮੈਨੂੰ, ਜਿੱਦਾਂ ਕਹਿੰਦੇ ਕਿ ਧਾਰਮਿਕ ਸਥਾਨ ਕਾਫੀ ਮੈਂ ਲੈ ਕੇ ਗਿਆ, ਹਨਾ। ਭਾਬੀ ਜੀ ਦਾ ਬਰਥਡੇ ਸੀ ਸ਼ਾਇਦ ਉਧਰ, ਹਨਾ, ਤੇ ਇਹ ਲੈ ਗਿਆ ਇਹਨਾਂ ਨੂੰ ਘੁਮਾਉਣ ਵਾਸਤੇ। ਸਾਰੇ ਦਿਨ ਘੁੰਮੇ ਫਿਰੇ ਤੇ ਗੁਰਦੁਆਰਾ ਸਾਹਿਬ ਚਲੇ ਗਏ ਮੱਥਾ ਟੇਕਣ। ਇਹਨਾਂ ਨੇ ਬਾਅਦ ਚ ਮੈਨੂੰ ਦੱਸਿਆ ਇੰਨੀ ਗੱਲ ਕਿ ਆਪਾਂ ਗੁਰਦੁਆਰੇ ਗਏ ਯਾ ਪ੍ਰਭ, ਇੱਕ ਨਾਲ ਗੱਲ ਹੋ ਗਈ। ਮੈਂ ਕਿਹਾ ਕੀ ਹੋਇਆ ਭਾਜੀ? ਕਿਹਾ ਤਾਂ ਮੈਂ ਬਰਥਡੇ ਮਨਾਉਣ ਸੀ ਭਾਬੀ ਦੇਰੀ ਦਾ। ਮੈਂ ਕਿਹਾ ਠੀਕ ਹੈ ਫਿਰ ਕੀ ਹੋਇਆ? ਮੈਂ ਕਿਹਾ ਚੱਲ ਮੱਥਾ ਵੀ ਟੇਕ ਜਾਂਦੇ। ਮੱਥਾ ਟੇਕਿਆ ਇਹਨਾਂ ਨੇ, ਕਹਿੰਦੇ ਬਾਅਦ ਚ ਨਾ ਮੈਂ ਹੋਲੀ ਆਖਿਆ, ਮੈਂ ਫਿਰ ਲੰਗਰ ਛਕੀਏ ਤੇ ਕਹਿੰਦਾ ਭਾਬੀ ਤੇਰੀ ਨੇ ਇੱਦਾਂ ਵੇਖਿਆ, ਅੱਜ ਵੀ ਲੰਗਰ ਖਾਣਾ। ਫਿਰ ਕਹਿੰਦੇ ਯਾਰ ਮੇਰੇ ਤੇ ਦਿਮਾਗ 'ਚ ਬਾਅਦ 'ਚ ਗੱਲ ਆਈ ਕਿ ਯਾਰ ਅੱਜ ਤਾਂ ਬਰਥਡੇ ਆ, ਚੱਲ ਬਾਹਰ ਖਾਣੇ ਪੀਨੇ ਆ। ਮੈਂ ਕਿਹਾ ਭਾਬੀ ਬਹੁਤ ਸੋਹਣੀ ਗੱਲ ਹੈ। ਮੈਂ ਕਿਹਾ ਜੀ ਇੱਕ ਵਾਰ ਨਾ ਇੱਦਾਂ ਹੀ, ਮਤਲਬ ਮੈਂ ਮੰਮਾ ਦੇ ਕੱਪੜੇ ਪ੍ਰੈਸ ਕਰਨ ਦੀ, ਮੈਨੂੰ ਜਲਦੀ ਜਲਦੀ ਕਿ ਮੈਂ ਸ਼ੋਪ ਤੇ ਜਾਣਾ ਆ ਤੇ ਮੈਨੂੰ ਤੁਸੀਂ ਐਟ ਏ ਟਾਈਮ, ਮਤਲਬ ਕਿ ਮੈਨੂੰ ਹੀ ਕਿ ਮੈਂ ਕੱਪੜੇ ਪ੍ਰੈਸ ਕਰ ਲਵਾਂ ਮੰਮਾ ਦੇ। ਕੱਪੜੇ ਪ੍ਰੈਸ ਕਰਦੀ ਪਈ, ਉਹ ਮੰਮਾ ਦਾ ਸ਼ਰਟ ਥੋੜ੍ਹਾ ਬਾਜੂ ਤੋਂ ਸੜ ਗਿਆ। ਫਿਰ ਮੈਂ ਇਹਨਾਂ ਨੂੰ ਅੰਦਰ ਆਵਾਜ਼ ਮਾਰੀ, ਮੈਂ ਕਿਹਾ ਇੱਕ ਮਿੰਟ ਗੱਲ ਸੁਣਿਆ ਤੁਸੀਂ? ਮੈਂ ਕਿਹਾ ਮੰਮਾ ਦਾ ਸ਼ਰਟ ਸੜ ਗਿਆ, ਹੁਣ ਮੈਂ ਕੀ ਕਰਾਂ? ਕਹਿੰਦੇ ਕੋਈ ਨਾ, ਤੂੰ ਹੁਣ ਬਾਹਰ ਚਲੇ ਜਾ ਚੁੱਪ ਕਰਕੇ, ਮੈਂ ਆਪੇ ਸੰਭਾਲ ਲਾਂਗਾ। ਕਹਿੰਦੇ ਮੰਮਾ ਮੇਰੇ ਕੋਲ ਪ੍ਰੈਸ ਡਿੱਗ ਗਈ ਉੱਤੇ, ਮਤਲਬ ਕਿ ਹਰ ਜਿਹੜੀ ਮੇਰੀ ਕੋਈ ਵੀ ਛੋਟੀ ਤੋਂ ਛੋਟੀ ਗਲਤੀ ਹੈ ਉਹ ਤੜੀ ਛੁਪਾ ਲੈਂਦੇ। ਮੈਂ ਉਦੋਂ ਡਾਂਟ ਤੋਂ ਬਚ ਗਈ। ਇਹ ਨਹੀਂ ਕਿ ਗਲਤੀ ਨੂੰ ਛੁਪਾਉਂਦੀ। ਅੱਛਾ, ਹਾਂਜੀ, ਇਹ ਨਹੀਂ ਕਿ ਇਹਦੀ ਗਲਤੀ ਛੁਪਾਉਂਦੀ। ਅੱਛਾ, ਹਾਂਜੀ, ਪਹਿਲਾਂ ਮੰਨੋ ਫਿਰ ਤੁਹਾਨੂੰ ਛੱਡਾਂਗੇ। ਸੋ ਤੁਸੀਂ ਤਾਂ ਇਸ ਘਰ ਦੀ ਪਹਿਲੀ ਨੂੰਹ ਹੋ। ਹਾਂਜੀ, ਸੋ ਤੁਸੀਂ ਦੱਸੋ ਕਿਹੋ ਜਿਹਾ ਮਾਹੌਲ ਰਹਿੰਦਾ ਹੈ ਘਰ 'ਚ, ਕਿਵੇਂ ਰਹਿੰਦੇ ਹੋ ਸਾਰੇ ਜਾਣੇ? ਸਾਡੀ ਏਕਤਾ ਹੀ ਹੈ, ਬਹੁਤ ਵਧੀਆ। ਹਾਂਜੀ, ਤੇ ਮੈਂ ਤਾਂ ਹੁਣ ਦੂਰ ਚਲੇ ਗਈ ਇਹਨਾਂ ਨਾਲੋਂ, ਪਹਿਲਾਂ ਅਸੀਂ ਇਕੱਠੇ ਸੀਗੇ। ਅੱਛਾ, ਤਿੰਨੇ ਹੀ ਇੱਕ ਘਰ 'ਚ ਰਹਿੰਦੇ ਸੀ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਇੱਦਾਂ ਹੋ ਜਾਣਾ ਚਾਹੀਦਾ? ਕਿਉਂਕਿ ਮੈਂ ਅੱਜ ਕੱਲ ਪੇਰੈਂਟਸ ਨਾਲ ਗੱਲ ਕਰਦੀ ਹਾਂ, ਹੈ ਨਾ, ਉਹ ਤਾਂ ਕਹਿੰਦੇ ਨੇ ਕਿ ਜਿਵੇਂ ਹੀ ਵਿਆਹ ਹੋ ਗਿਆ ਅਸੀਂ ਤਾਂ ਵੱਖ ਵੱਖ ਕਰ ਦੇਣਾ, ਠੀਕ ਹੈ, ਆਪਣੀ ਜ਼ਿੰਦਗੀ ਆਪ ਜੀਣ, ਆਪਣੀ ਜ਼ਿੰਦਗੀ ਆਪ ਕਰਨ। ਇਹ ਵੈਸਟਰਨ ਕਲਚਰ ਹੈ ਨਾ, ਸੋ ਤੁਹਾਨੂੰ ਵੀ ਲੱਗਦਾ ਕਿ ਇੱਦਾਂ ਹੋਣਾ ਚਾਹੀਦਾ ਹੈ? ਨਹੀਂ, ਇਹ ਕੰਮ ਨਹੀਂ ਕਰਨਾ ਚਾਹੀਦਾ। ਮੈਂ ਤਾਂ ਹੁਣ ਵੀ ਕਹਿੰਦੀ ਹਾਂ ਕਿ ਅਸੀਂ ਅਲੱਗ ਅਲੱਗ ਹੋ ਗਏ, ਸਾਡੇ ਲਾਗੇ ਮਕਾਨ ਲੈਣ ਤੇ ਇਕੱਠੇ ਰਹੀਏ, ਤਿੰਨੇ ਭਰਾ ਇਕੱਠੇ ਰਹਿਣ, ਸਾਡੀ ਫੈਮਿਲੀ ਏਕਤਾ ਰਵੇ। ਤੇ ਫਿਰ ਹੁਣ ਕਦ ਕਦ ਮਿਲਦੇ ਹੋ ਇੱਕ ਦੂਸਰੇ ਨੂੰ? ਜਦੋਂ ਇਹ ਫੋਨ ਕਰਦੇ ਆ ਫਿਰ ਅਸੀਂ ਚਲ ਜਾਈਦਾ, ਫਿਰ ਜਦੋਂ ਮਨ ਸਾਡਾ ਕਰਦਾ। ਮੇਰੇ ਹਸਬੈਂਡ ਬਾਹਰ ਆ ਨਾ। ਅੱਛਾ ਜੀ। ਹਾਂਜੀ, ਉਹ ਇੱਥੇ ਨਹੀਂ ਆ। ਜਦੋਂ ਮੇਰਾ ਦਿਲ ਕਰਦਾ ਵਾ, ਜਦੋਂ ਮੈਨੂੰ ਲੋੜ ਪੈਂਦੀ ਆ ਕਿ ਮੈਂ ਕਿਤੇ ਜਾਣਾ ਵੇ, ਫਿਰ ਇਹਨਾਂ ਨੂੰ ਬੁਲਾਈਦਾ ਹੈ। ਇਹ ਵੀ ਮੇਰੇ ਨਾਲ ਵੀ ਜਿੱਥੇ ਜਾਣਾ ਵਾ ਅਸੀਂ ਤਿੰਨੋ ਜਾਂਦੇ ਹਾਂ। ਅੱਛਾ, ਮਤਲਬ ਉਹ ਅਬਰੋਡ ਰਹਿੰਦੇ ਨੇ, ਹੈਨਾ? ਹਾਂਜੀ। ਤੇ ਫਿਰ ਉਹ ਕਿੰਨੀ ਦੇਰ ਬਾਅਦ ਆਉਂਦੇ ਆ? ਕਿੰਨੀ ਦੇਰ ਬਾਅਦ ਆਏ ਸੀ? ਉਹ ਤਾਂ 4 ਸਾਲ ਹੋ ਗਏ ਜੇ ਆਏ ਨਹੀਂ ਆ ਬਾਹਰ ਗਏ ਨਾ। ਹਾਂਜੀ, ਇਕੱਲੇ ਕਿਵੇਂ ਦਿਲ ਲੱਗਦਾ ਹੈ? ਬੱਚੇ ਬੱਚੇ ਨਾਲ, ਬੱਚੇ ਜਵਾਨ ਆ, ਇੱਕ ਬੇਟਾ ਵਾ ਜਵਾਨ ਆ, ਉਹ ਮੰਗਿਆ ਹੈ। ਅੱਛਾ, ਮੁਬਾਰਕਾਂ ਬਹੁਤ ਬਹੁਤ। ਤੁਸੀਂ ਕਿਹੋ ਜੀ ਸੱਸ ਬਣੋਗੇ ਸੋਚਿਆ? ਮੈਂ ਤਾਂ ਇਹੀ ਸੋਚਿਆ ਵਾ ਵੀ ਜੇ ਮੈਂ ਮੇਰੇ ਕਹਿਣੇ ਚ ਨੌ ਚੱਲੇ ਤੇ ਮੈਂ ਨੌ ਦੇ ਕਹਿਣੇ ਚ ਚੱਲਾਂ, ਠੀਕ ਆ ਨਾ? ਬਿਲਕੁਲ ਸਹੀ ਗੱਲ। ਹਾਂਜੀ, ਇੱਕ ਦੂਸਰੇ ਦੀ ਸੁਣ ਕੇ, ਕਿਉਂਕਿ ਨੌ ਨੂੰ ਆਪਾਂ ਧੀ ਬਣਾ ਕੇ ਰੱਖਾਂਗੇ ਤੇ ਨੌ ਵੀ ਮਾਂ ਸਮਝੂਗੀ। ਜੇ ਆਪਾਂ ਹੀ ਨਾ ਸਮਝਾਂਗੇ ਤੇ ਫਿਰ ਨੌ ਨੇ ਵੀ ਨਿੱਕੀ ਨਿੱਕੀ ਗੱਲ ਤੋਂ ਆਪਾਂ ਟੋਕਾਂਗੇ ਨਾ, ਉਹਨੂੰ ਸਮਝਾਂਗੇ ਉਹਦੀ ਗੱਲ ਨੂੰ। ਸਮਝਣ ਤੇ ਟਾਈਮ ਲੱਗਦਾ, ਉਹਨੂੰ ਮੇਰੀ ਗੱਲ ਸਮਝਣ ਤੇ ਟਾਈਮ ਲੱਗਣਾ। ਬਿਲਕੁਲ ਸਹੀ ਗੱਲ ਹੈ। ਸੋ ਬੀਕੌਮ ਕਰ ਰਹੇ ਹੋ ਤੁਸੀਂ? ਹਾਂਜੀ ਜੀ। ਤੇ ਅੱਗੇ ਕੀ ਪਲਾਨਸ ਹੈ, ਕੀ ਕਰਨਾ ਚਾਹੁੰਦੇ ਹੋ, ਬਾਹਰ ਜਾਣਾ ਚਾਹੁੰਦੇ ਹੋ? ਪਾਪਾ ਫੋਰਨ ਦੇ ਹੀ ਹੈ। ਤੇ ਕੀ ਸੋਚਿਆ ਹੈ ਆਪਣੇ ਲਈ? ਅੱਜ ਕੱਲ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਹੁੰਦਾ ਹੈ ਨਾ ਕਿ ਅੱਗੇ ਜ਼ਿੰਦਗੀ ਚ ਕੀ ਕਰਨਾ ਹੈ। ਕਿ ਤੁਸੀਂ ਆਪਣਾ ਸਟਰਕਚਰ, ਲਾਈਫ ਸਟਰਕਚਰ ਬਣਾਇਆ ਹੋਇਆ? ਹਾਂਜੀ ਬਿਲਕੁਲ ਬਣਾਇਆ ਹੋਇਆ। ਮੈਂ ਬੀਕੌਮ ਮੇਰਾ ਫਾਈਨਲ ਈਅਰ ਚੱਲ ਰਿਹਾ ਹੈ। ਮੈਂ ਉਸ ਤੋਂ ਬਾਅਦ ਮੈਂ ਆਲਸ ਦਾ ਸੋਚਿਆ ਹੋਇਆ ਕਿ ਮੈਂ ਫੋਰਨ ਜਾਵਾਂ ਤੇ ਆਪਣੇ ਪੇਰੈਂਟਸ ਦੀ ਵੀ ਹੈਲਪ ਕਰਾਂ, ਕਿਉਂਕਿ ਉਹਨਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ ਹੈ ਤੇ ਮੈਂ ਵੀ, ਮੇਰਾ ਵੀ ਬਣਦਾ ਹੈ ਕਿ ਮੈਂ ਉਹਨਾਂ ਨਾਲ ਕਰਾਂ। ਬਿਲਕੁਲ ਸਹੀ, ਇਹ ਸੋਚ ਬਹੁਤ ਸੋਹਣੀ ਹੈ, ਬਹੁਤ ਸੋਹਣੀ। ਹਾਂਜੀ, ਸੋ ਵਿੱਚ ਵੇਲੇ ਜਠਾਣੀ ਜੀ ਜਿਹੜੇ ਤੁਹਾਨੂੰ ਡਾਂਟਦੇ ਵੀ ਨੇ, ਕਿਹੜੀ ਗੱਲ ਤੇ ਡਾਂਟਦੇ ਆ ਦੱਸੋ, ਇਹ ਤਾਂ ਦੱਸ ਦੋ। ਦੇਖੋ, ਇਹਦੀ ਗਲਤੀ ਹੁੰਦੀ ਹੈ, ਮੈਂ ਗੱਲ ਕਰਦੇ ਨਹੀਂ ਹੁੰਦੀ ਹੈ ਕਿ ਇੱਥੇ
ਭਾਵੇਂ ਇਹਨੂੰ ਗੁੱਸਾ ਹੀ ਲੱਗੇ। ਤੁਹਾਨੂੰ ਵੀ ਕੋਈ ਗਲਤ ਕਹਿਣ ਦੀ ਹਿੰਮਤ ਕਰਦਾ ਘਰ 'ਚ ਜਾਂ ਨਹੀਂ? ਨਹੀਂ ਕਹਿ ਦੇਈਦੀ, ਆਪ ਵੀ ਕਹਿ ਦੇਈਦੀ ਹੈ ਕਿ ਜੇ ਆਪ ਗਲਤ ਆ ਤੇ ਦੱਸੋ, ਗਲਤੀ ਮਹਿਸੂਸ ਕਰਾਂਗੇ ਕਿ ਇੱਥੇ ਆਪਾਂ ਗਲਤੀ ਆਂਗੇ। ਨਹੀਂ ਵਧੀਆ ਹੈ ਨਾ, ਰਿਸ਼ਤੇ ਨਹੀਂ ਦੱਸਣਗੇ ਤਾਂ ਫਿਰ ਕੌਣ ਦੱਸੇਗਾ? ਸਮਝ ਆਈਦੀ ਇੱਕ ਦੂਜੇ ਦੀ ਗੱਲ। ਕਹਿੰਦੇ ਘਰ 'ਚ ਤਾਂ ਇੱਕ ਨੂੰ ਨੀ ਮਾਣ ਹੁੰਦੀ, ਤੁਸੀਂ ਤਾਂ ਤਿੰਨ ਤਿੰਨੋ ਇਕੱਠੇ ਬਾਹਰ ਜਾਂਦੀ। ਆਪਾਂ ਕਦੀ ਕਿਸੇ ਨੂੰ ਨੀ, ਇੱਕ ਦੂਜੇ ਸਾਡੀ ਲੜਾਈ ਵੀ ਹੋ ਜਾਂਦੀ ਆ। ਮੰਨ ਲਓ ਕਿ ਹੁਣ ਸਵੇਰ ਸਾਡੀ ਲੜਾਈ ਹੋਈ ਆ, ਲੜਾਈ ਵੀ ਬਹੁਤ ਜ਼ਬਰਦਸਤ ਹੋਣੀ ਆ, ਤੇ ਸ਼ਾਮ ਨੂੰ ਫਿਰ ਇੱਕੇ ਥਾਂ ਰੋਟੀ ਖਾਣੀ। ਇਹੀ ਹੁੰਦਾ ਹੈ ਕਿਉਂਕਿ ਭਾਂਡੇ ਜਦ ਇੰਨੇ ਸਾਰੇ ਹੋਣ ਕਿਚਨ ਵਿੱਚ ਤਾਂ ਖੜਕਣੇ ਤਾਂ ਹੈ ਹੀ, ਹੈ ਨਾ। ਸੋ ਇਸ ਲਈ ਇਹ ਰੂਲ ਜ਼ਰੂਰ ਹੋਣਾ ਚਾਹੀਦਾ ਕਿ ਨਾਲ ਬਹਿ ਕੇ ਖਾਣਾ ਜ਼ਰੂਰ ਖਾਵਾਂਗੇ ਭਾਵੇਂ ਜੋ ਮਰਜ਼ੀ ਹੋ ਜਾਏ। ਹਾਂਜੀ, ਸੋ ਤੁਸੀਂ ਦੱਸੋ ਸ਼ਰਮਾਕਲ ਕੀ ਕਰ ਰਹੇ ਹੋ? ਮੈਂ ਪਲੱਸ 2 ਕਰ ਰਿਹਾ। ਅੱਛਾ, ਕੀ ਕਰਨਾ ਚਾਹੁੰਦੇ ਹੋ? ਆਰਟਸ ਕਾ, ਆਈਲੈਟਸ ਕਰਕੇ ਬਾਹਰ ਜਾਣਾ ਚਾਹੁੰਦੇ। ਸਾਰੇ ਜਣੇ ਬਾਹਰ ਜਾਣਾ ਚਾਹੁੰਦੇ ਹੋ? ਬਾਹਰ ਜਾ ਕੇ ਕੀ ਕਰੋਗੇ? ਬਾਹਰ ਜਾ ਕੇ ਪਹਿਲਾਂ ਸਟੱਡੀ ਕੰਪਲੀਟ ਕਰਾਂਗੇ, ਫਿਰ ਉੱਥੇ ਵਰਕ ਕਰਾਂਗੇ। ਚਲੋ, ਸੋ ਤੁਸੀਂ ਦੱਸੋ ਕਿ ਤੁਸੀਂ ਕਿੰਨੇ ਟਾਈਮ ਤੋਂ ਜਾਣਦੇ ਹੋ ਇਹਨਾਂ ਨੂੰ? ਭਾਜੀ ਹੁਣਾਂ ਨੂੰ ਮੈਂ ਤਾਂ ਆਪਣਾ ਇੱਕ ਸਕੂਲ ਹੀ ਰਿਹਾ ਵਾ, ਇਹ ਮੇਰੇ ਤੋਂ ਸੀਨੀਅਰ ਰਹੇ ਨੇ। ਅੱਛਾ, ਅਸੀਂ ਇਕੱਠੇ ਪੜ੍ਹਦੇ ਰਹੇ ਹਾਂ। ਤਾਂ ਕਾਫੀ ਸਾਲਾਂ ਦਾ ਰਿਸ਼ਤਾ ਹੈ। ਹਾਂਜੀ, ਕਾਫੀ ਟਾਈਮ ਤੋਂ ਅਸੀਂ ਜਾਣਦੇ ਇੱਕ ਦੂਜੇ ਨੂੰ। ਕਹਿੰਦੇ ਹੁੰਦੇ ਨੇ ਕਿ ਜੇ ਇੱਕ ਦੋਸਤੀ 8 ਸਾਲ ਤੋਂ ਉੱਪਰ ਚੱਲ ਗਈ ਨਾ, ਮਤਲਬ ਉਹ ਸਾਰੀ ਉਮਰ ਲਈ ਚੱਲਣ ਵਾਲੀ ਹੈ ਕਿਹਾ ਜਾਂਦਾ ਹੈ। ਸੋ ਮੈਨੂੰ ਲੱਗਦਾ ਕਿ ਇਹ ਦੋਸਤੀ ਵੀ ਪੂਰੀ ਲੰਬੀ ਜਾਣ ਵਾਲੀ ਹੈ ਨਾ। ਜ਼ੀ5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।